ਦੂਸਰੇ ਕੀਰਤਨਿਆਂ ਦੇ ਦਰਮਿਆਨ ਜੋ ਸਮਾਂ ਹੁੰਦਾ ਹੈ ਉਸ ਨੂੰ ਬਹੁਤ ਖੂਬਸੂਰਤੀ ਨਾਲ ਪਾਸ ਨਹੀਂ ਕਰਦੇ ਬਲਕਿ ਉਸ ਸਮੇਂ 'ਚ ਵੀ ਜੌਲ ਸਾਹਿਬ ਜੋੜ ਕੇ ਰੱਖਦੇ ਨੇ ਤਾਂ ਉਹਨਾਂ ਨੇ ਹੁਣ ਸੇਵਾ ਸੰਭਾਲੀ ਹੈ ਦਸ ਦਿਨ ਛੁੱਟੀਆਂ ਬਖਸ਼ੋ ਦਿਓ ਸੀਸ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਜੁਗ ਜੁਗ ਅਟਲ ਕਲਯੁਗ ਕੇ ਬੋਹਿਤ ਪ੍ਰਗਟ ਗੁਰਾਂ ਕੀ ਦੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਤੇ ਪਾਵਨ ਗੋਦ ਵਿੱਚ ਜੁੜੀਏ ਗੁਰੂ ਖਾਲਸਾ ਸਤਸੰਗ ਜੀਓ ਅਦਬ ਤੇ ਸਤਿਕਾਰ ਨਾਲ ਗੁਰਫਤਿਹ ਅਰਜ਼ ਕਰ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਪੌਰਾਨੰਗ ਜਗ ਸੰਸਾਰ ਪੌਰਾ ਹੋਇਆ ਫਿਰਦਾ ਸ਼ਬਦ ਤੋਂ ਬਿਨਾਂ ਪਾਗਲ ਹੋਇਆ ਫਿਰਦਾ ਔਰ ਇਸ ਸ਼ਬਦ ਨਾਲ ਜੋੜਨ ਦੀ ਜਾਰੀ ਕਰਾਮਾਤ ਤੁਹਾਡੇ ਇਸ ਨਗਰ ਵਿੱਚ ਸਤਿਕਾਰਯੋਗ ਪ੍ਰੋਫੈਸਰ ਭਪਿੰਦਰਪਾਲ ਸਿੰਘ ਜੀ ਜਿਹਨਾਂ 'ਤੇ ਬੜੀ ਸਤਿਗੁਰੂ ਦੀ ਰਹਿਮਤ ਹੈ ਮੈਨੂੰ ਤਾਂ ਤੁਹਾਡਾ ਨਗਰ ਹੀ ਬੜਾ ਭਾਗਾਂ ਵਾਲਾ ਜਾਪਦਾ ਬੜੇ ਭਾਗੀ ਧਰਤੀ ਹੈ ਜਿਸ ਧਰਤੀ ਨੂੰ ਸਤਿਗੁਰੂ ਨੇ ਆਪ ਨਿਵਾਜਿਆ ਆਪ ਕਿਰਪਾ ਕੀਤੀ ਹੈ ਔਰ ਇਸ ਮਹਾਨ ਹਸਤੀ ਦਾ ਜਨਮ ਇਸ ਧਰਤੀ 'ਤੇ ਹੋਇਆ ਮੈਂ ਪਹਿਲੇ ਕਹਿੰਦਾ ਹੁਣ ਇਹ ਖਮੀਰ ਇਸ ਧਰਤੀ ਦਾ ਭਾਗਾਂ ਵਾਲਾ ਹੈ ਜਿਸ ਨੇ ਸਮੁੱਚੇ ਸੰਸਾਰ ਵਿੱਚ ਮਾਣ ਲਿਆ ਮਾਨਯੋਗ ਗਿਆਨੀ ਭਪਿੰਦਰਪਾਲ ਸਿੰਘ ਜੀ ਨੇ ਇਹ ਤਿੰਨ ਦਿਨ ਦਾ ਸਮਾਗਮ ਉਹ ਰਸੀ ਹੋਈ ਆਤਮਾ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਦੀਆਂ ਅਸੀਸਾਂ ਨਾਲ ਕਦੇ ਸ਼ੁਰੂ ਕੀਤਾ ਸੀ ਔਰ ਸੰਤ ਗਿਆਨੀ ਅਮੀਰ ਸਿੰਘ ਜੀ ਜਦੋਂ ਵੀ ਆਉਂਦੇ ਨੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਆਏ ਬੈਠੇ ਨੇ ਔਰ ਜਦੋਂ ਵੀ ਕਿਤੇ ਆਉਂਦੇ ਨੇ ਤੇ ਉਦੋਂ ਇਹ ਗੱਲ ਕਰਦੇ ਨੇ ਕਿ ਇਸ ਧਰਤੀ ਨੂੰ ਭਾਗ ਲਾਏ ਨੇ ਔਰ ਮਾਨਯੋਗ ਸੰਤ ਬਾਬਾ ਸੁੱਚਾ ਸਿੰਘ ਜੀ ਹੋਰਾਂ ਨੇ ਬੜਾ ਪਿਆਰ ਦਿੱਤਾ ਸਤਿਕਾਰ ਦਿੱਤਾ ਅੱਜ ਸੱਚਮੁੱਚ ਹੀ ਤੁਸੀਂ ਪੜਭਾਗੇ ਬਣੇ ਬੈਠੇ ਹੋ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਬੜੇ ਰਸੇ ਹੋਏ ਦੇ ਗਲੇ ਦੇ ਮਾਲਕ ਨੇ ਆਪ ਜੀ ਨਾਲ ਕੀਰਤਨ ਦੀ ਸਾਂਝ ਕਰ ਰਹੇ ਸਨ ਬੜੇ ਮਿੱਠੇ ਕੀਰਤਨੀਆਂ ਨੇ ਉਹਨਾਂ ਦਾ ਧੰਨਵਾਦ ਕਰਦਾ ਤੁਹਾਡੇ ਸਹੁਨਾ ਵੱਲੋਂ ਮਾਨਯੋਗ ਗਿਆਨੀ ਭਪਿੰਦਰਪਾਲ ਸਿੰਘ ਜੀ ਹੋਰਾਂ ਵੱਲੋਂ ਸਮੁੱਚੀ ਸੰਗਤ ਵੱਲੋਂ ਸਾਰੇ ਪ੍ਰਬੰਧਕਾਂ ਵੱਲੋਂ ਸੰਤ ਗਿਆਨੀ ਅਮੀਰ ਸਿੰਘ ਜੀ ਹੋਰਾਂ ਵੱਲੋਂ ਬੜੇ ਸਤਿਕਾਰ ਨਾਲ ਬੇਨਤੀ ਕਰਾਂਗਾ ਸੰਗਤ ਵਿੱਚ ਬੜੀਆਂ ਰਸੀਆਂ ਹੋਈਆਂ ਰੂਹਾਂ ਬੈਠੀਆਂ ਨੇ ਔਰ ਰਸੇ ਹੋਏ ਗਲੇ ਦੇ ਮਾਲਕ ਭਾਈ ਸਾਹਿਬ ਭਾਈ ਤਜਿੰਦਰ ਸਿੰਘ ਜੀ ਸ਼ਿਮਲੇ ਵਾਲੇ ਉਹਨਾਂ ਨੇ ਵੀ ਆਪ ਜੀ ਨਾਲ ਕੀਰਤਨ ਦੀ ਸਾਂਝ ਕਰਨੀ ਹੈ ਪਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਉਚੇਚੇ ਤੌਰ 'ਤੇ ਮਾਨਯੋਗ ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ ਸਾਹਿਬ ਵਿਸ਼ੇਸ਼ ਕਰਕੇ ਸਾਡੇ ਵਿੱਚ ਹਾਜ਼ਰ ਹੋਏ ਨੇ ਉਹਨਾਂ ਨੇ ਵੀ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨੀ ਹੈ ਉਹਨਾਂ ਨੂੰ ਸਤਿਕਾਰ ਦੇਣਾ ਇੱਥੇ ਆਉਣ 'ਤੇ ਔਰ ਬੜੇ ਅਦਬ ਨਾਲ ਬੇਨਤੀ ਕਰਾਂਗਾ ਤਿੰਨ ਜਥੇ ਨੇ ਪ੍ਰੋਫੈਸਰ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਇਹ ਸਾਰੇ ਹੀ ਸਤਿਗੁਰੂ ਦੀ ਬੜੀ ਰਹਿਮਤ ਹੈ ਬੜੀ ਬਖਸ਼ਿਸ਼ ਹੈ ਸਮੁੱਚੇ ਸੰਸਾਰ ਵਿੱਚ ਸਤਿਕਾਰੇ ਜਾਣ ਵਾਲੇ ਜਥੇ ਨੇ ਪ੍ਰੋਫੈਸਰ ਭਾਈ ਬਲਦੇਵ ਸਿੰਘ ਜੀ ਬਡਾਲਾ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰੋਫੈਸਰ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਇਹ ਤਿੰਨੇ ਜਥੇ ਇਕੱਠੇ ਬੈਠੇ ਨੇ ਔਰ ਇਕੱਠਿਆਂ ਹੀ ਥੋੜ੍ਹੇ ਥੋੜ੍ਹੇ ਮਿੰਟਾਂ ਲਈ ਮੈਂ ਟਾਈਮ 'ਤੇ ਇਹਨਾਂ ਦਾ ਨਿਸ਼ਚਿਤ ਨਹੀਂ ਕਰਨਾ ਔਰ ਇਹਨਾਂ ਨੂੰ ਪ੍ਰੋਫੈਸਰ ਹੋਰਾਂ ਨੇ ਇਸ਼ਾਰਾ ਦੇ ਦਿੱਤਾ ਕਿ ਥੋੜ੍ਹੇ ਸਮੇਂ ਲਈ ਤੁਸਾਂ ਨੇ ਕੀਰਤਨ ਦੀ ਸ਼ੈਬਰ ਲਾਉਣੀ ਇਕੱਠਿਆਂ ਬੈਠ ਕੇ ਵਾਰ ਵਾਰ ਵਿੱਚ ਮੈਂ ਵੀ ਨਹੀਂ ਆਵਾਂਗਾ ਔਰ ਇਹਨਾਂ ਤੋਂ ਬਾਅਦ ਮਾਨਯੋਗ ਪ੍ਰਵਾਨਾ ਸਾਹਿਬ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਉਹਨਾਂ ਨੇ ਕੁਝ ਮਿੰਟਾਂ ਲਈ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨੀ ਹੈ ਮੈਂ ਇੱਕ ਬੇਨਤੀ ਕਰਾਂਗਾ ਤੁਸੀਂ ਬੜੇ ਪਿਆਰ ਅਤੇ ਸਤਿਕਾਰ ਨਾਲ ਆਏ ਹੋ ਬਾਹਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਦੀਆਂ ਪੁਸਤਕਾਂ ਦੇ ਸਟਾਲ ਲੱਗੇ ਹੋਏ ਨੇ ਜਿਹੜੀਆਂ ਅੱਧੀਆਂ ਕੀਮਤ 'ਤੇ ਮਿਲਦੀਆਂ ਹਰ ਸਾਲ ਹੀ ਭਾਈ ਸਾਹਿਬ ਜੀ ਦਾ ਉਦੋਂ ਹੁੰਦਾ ਕਿ ਕਿਸੇ ਰਸੀ ਹੋਈ ਆਤਮਾ ਦੀ ਜਿਹੜਾ ਲਿਟਰੇਚਰ ਉਹ ਵੀ ਪੜ੍ਹਨ ਨੂੰ ਮਿਲੇ ਜਿਹਦੇ ਨਾਲ ਮਨੁੱਖ ਦਾ ਕਿਸੇ ਦਾ ਭਲਾ ਹੋ ਸਕੇ ਕਿਸੇ ਨੂੰ ਸੇਧ ਮਿਲ ਸਕੇ ਕੋਈ ਕਿਸੇ ਚੰਗੇ ਪਾਸੇ ਲੱਗ ਸਕੇ ਸੋ ਮੈਂ ਬੇਨਤੀ ਕਰਾਂਗਾ ਬੜੇ ਸਤਿਕਾਰ ਨਾਲ ਇਹ ਤਿੰਨੇ ਹੀ ਜਥਿਆਂ ਨੇ ਕੀਰਤਨ ਥੋੜ੍ਹਾ ਥੋੜ੍ਹਾ ਸਮਾਂ ਕਰਨਾ ਹੈ ਵਾਰ ਵਾਰ ਵਿੱਚ ਤਾਂ ਨਹੀਂ ਆਵਾਂਗਾ ਮੈਂ ਪਰ ਇਹਨਾਂ ਜਥਿਆਂ ਦੇ ਵੀ ਸਾਰਿਆਂ ਦੇ ਰੁਝੇਵੇਂ ਨੇ ਔਰ ਪ੍ਰੋਫੈਸਰ ਭਾਈ ਬਲਦੇਵ ਸਿੰਘ ਜੀ ਬਡਾਲਾ ਜੀ ਨੇ ਕੱਲ੍ਹ ਵੀ ਕਰਤ ਕੀਰਤਨ ਕਰਨਾ ਕੱਲ੍ਹ ਸਵੇਰ ਦਾ ਉਹਨਾਂ ਦਾ ਫਿਰ ਇੱਥੇ ਕੀਰਤਨ ਹੈ ਸੋ ਇੱਕ ਜੈਕਾਰਾ ਬੁਲੰਦ ਆਵਾਜ਼ ਵਿੱਚ ਬੁਲਾਇਓ ਪਤਾ ਲੱਗੇ ਇਹਨਾਂ ਸਾਰੇ ਪਿੰਡਾਂ ਵਿੱਚ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਉਹ ਆਨੰਦਮਈ ਕੀਰਤਨ ਆਇਆ ਇਸ ਨਗਰ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਪਵੇ ਕਿ ਤੁਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹੋ ਔਰ ਉੱਥੋਂ ਦੇ ਹੋਣ ਵਾਲੇ ਕੀਰਤਨ ਦਾ ਰਸ ਵਾਲੇ ਕੀਰਤਨ ਨੂੰ ਸਰਵਣ ਕਰਦੇ ਹੋ ਜੈਕਾਰਾ ਬੁਲਾ ਰਿਹਾ ਉਸ ਤੋਂ ਬਾਅਦ ਗੁਰਮੁਖ ਵਿਚਾਰਾਂ ਸਰਵਣ ਕਰਨੀਆਂ ਨੇ ਬੋਲੇ ਸੋ ਨਿਹਾਲ ਤੁਹਾਡੀ ਸੰਗਤ ਦੀ ਗਿਣਤੀ ਬੜੀ ਵੱਡੀ ਹੈ ਜੈਕਾਰਾ ਬੜਾ ਮੱਠਾ ਜਾਂ ਤੇ ਧੁੱਪੇ ਬੈਠੇ ਹੋ ਜੈਕਾਰਾ ਬੁਲਾ ਨਹੀਂ ਸਕੇ ਇੱਕ ਵਾਰ ਫਿਰ ਬੁਲਾਵਾਂਗਾ ਬੋਲੇ ਸੋ ਨਿਹਾਲ ਆਓ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਤਿੰਨੇ ਜਥੇ ਆਪ ਜੀ ਨਾਲ ਕੀਰਤਨ ਦੀ ਸਾਂਝ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ
गुर सेवो कर नमस्कार आज हमारे मंगल चार आज हमारे महानंद चिंत लथी पेटे गोविंद आज हमारे गृह बसन गुण गाए प्रभु तुम बेअंत बसंत चढ़या फूली बानरा बसंत चढ़या फूली बानरा बसंत चढ़या फूली बानरा एहि जन भूले हर चित लाए एहि जन भूले हर चित लाए बसंत चढ़या फूली बानरा सतगुर बाणी शब्द सुनाए एह जग हरिया सतगुर बाणी फल फूल लागे जाया पिलाए मूल लगे ता सतगुर बाणी मूल लगे ता सतगुर जंत कूले हर चित लाए बसंत चढ़या फूली बानरा बसंत चढ़या फूली बानरा फूली बानरा फूली बानरा फूली बानरा. Hey.
सुखी होए अंत मिले गोपाल बसंत की वार महल पंजवा एक को अंकार सतगुर प्रसाद हर का नाम जय जय होए रोग सोग सब मिट गए नित नवा नरोवा दिन रैन नाम त्याएगा फिर पाए नाम हुआ जिसके उपजया नानका सोई फिर जन नानक तूड़ मंगे तिस गुर सिख की जन नानक तूड़ मंगे तिस गुर सिख की जो आप जपे अमर नाम जपाए सिख की चंद नानक तूड़ मंगे इस गुर सिख की जो आप जपे अमर नाम जपावे जो आप जपे अमर नाम जपावे वाहे गुरु 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 सतगुर का जो से अकारे सुपाल के उठे हर नाम त्यागे सुपाल के उठे हर नाम त्यागे करे पल के परवाती स्नान करे अमृत सरलावे स्नान करे अमृत सरलावे जन नानक तूण मंगे इस गुर सिख की जन नानक तूड़ मंगे इस गुर सिख की जो आप जपे अमर नाम जपावे जो आप जपे अमर नाम जपावे वाहे गुरु 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 उपदेश गुरु हर हर जप जाए सब किल बिक पाए
سور سکھی جن لالت کوڑ منگے تس سور سکھی ستگر پانی گاو سنن پائے پگت پیور ماں گر سیوا گر پور کرن سنجے سو در گامنا من میلی کر میلن راتی کی ان سوڑلا کر آرتی پرشاد بدن دے پچھل راتی جاگنا نام دانش نالدڑا مٹا کولن جب چلن تکتوں دیکھے پلا منا تھوڑا سمنا کھامنا تھوڑا کولن گرمت پار کال کار سوکرت کرے بڑا ہوئے نایا پگڑا ساتھ سنگت ملنا بندے رات دے ہے نت چل چل جا شبد سرد پر جا کرے ستگر پر جے من پر جائے آسا بیچ میرا سگلائے گر ستگر کا جو
सतगुरु दया कर दुख दाता सतगुरु दया कर दुख दाता हम लावे आपन पाले 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 ترجمة
ਸਤਿਗੁਰ ਦਇਆ